हाँ जी, सत श्री अकाल जी सारिआं नूं। की हाल चाल ने सब दे? रात मौसम बहुत खराब सी, उहदे करके सवेरे सवेरे मशीनां चलाईआं नहीं। अज दोनों मशीनां बाहर ही भेजतीआं, अपने नहीं चलाया काम। चल 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 बस कर। गेड़े पूरे स्लो हो गया हूँ, जिन्ना क जाने के स्वराज से चलता हूँ उन्ने के चक्कर से हो गया। पुली बदलती वो वाली पुली 9 इंची वाली, वो भी रेड कलर वाली पुली 9 इंची वाली हो गया सर। ਬਾਕੀ ਹੁਣ ਚਲਾ ਕੇ ਪਤਾ ਲੱਗ ਜਾਵੇ ਬੈਲਟਾਂ ਵੀ ਟਾਇਟ ਹੋ ਗਈਆਂ। ਬਹੁਤ ਮਾਂ ਠੀਕ ਹੋ ਗਏ ਚੱਕਰ ਜਾਣੇ, ਅੱਗੇ ਚੱਕਰ ਬਾਲੇ ਜਾਂਦੇ ਸੀ ਫਿਰ ਹੁਣ ਠੀਕ। ਅੱਗੇ ਤਾਂ ਛੱਲੀ ਭੜਕਾ ਭੜਕਾ। ਹਾਂਜੀ ਕਿਵੇਂ ਹੋ? ਅੱਗੇ ਨਾ ਛੱਲੀ ਭੜਕਾ ਭੜਕਾ ਕੇ ਸ਼ੀਸ਼ੇ 'ਤੇ ਮਾਰੀ ਜਾਂਦੇ ਸੀ, ਅਤੇ ਹੁਣ ਕੱਲ੍ਹ ਦੀ ਠੀਕ ਆ। ਧੂੰਆਂ ਦੋਨੇ ਉਹ ਮਸ਼ੀਨ ਦਾ ਬਿਲਕੁਲ ਖਤਮ ਹੋ ਗਿਆ, ਦੂਜੀ ਮਸ਼ੀਨ ਦਾ ਵੀ ਬਿਲਕੁਲ ਬੰਦ ਹੋ ਗਿਆ। ਧੂੰਏ ਦੀ ਹੁਣ ਕੋਈ ਦਿੱਕਤ ਨਹੀਂ ਹੈਗੀ, ਸੈੱਟ ਹੋ ਗਿਆ। ਬਸ ਅਜੇ ਮੱਕੀ ਨਾ ਹੈਗੀ ਆ ਹਰੀ, ਸਾਰੇ ਜਾਣੇ ਕਰਨ ਲੱਗ ਗਏ ਹੁਣ ਕਾਲੀ, ਅਤੇ ਸੀਪਾਂ ਬੰਦ ਹੁੰਦੀਆਂ ਨੇ, ਉਹ ਛਾਂ ਸਾਫ਼ ਕਰਨੀਆਂ ਹੀ ਪੈਣੀ। ਬਸ ਉਹ ਬਹੁਤ ਦਿੱਕਤ ਆਉਂਦੀ ਆ ਕਿ ਇਹਦਾ ਐਵਾਂ ਕਿ ਚੱਲੀ ਜਾਵੇ ਬਸ, ਫਿਰ ਫਿਰ ਜਦੋਂ ਗਰਮੀ 'ਚ ਉੱਤਰ ਕੇ ਥੱਲੇ ਆ ਕੇ ਸੀਪਾਂ ਸਾਫ਼ ਕਰਨੀਆਂ ਪੈਂਦੀਆਂ ਨਾ, ਉਦੋਂ ਜਿਹੜਾ ਕਰਦਾ ਉਹਨੇ ਉਹਦੇ ਸਿਰ ਉਹਨੂੰ ਹੀ ਪਤਾ ਲੱਗਦਾ ਵੀ ਕੀ ਕਿੰਨੀ ਕੁ ਔਖੀ ਆ ਸੀਪ ਸਾਫ਼ ਕਰਨ। ਆਪਾਂ ਕਹਿ ਦਿੰਦੇ ਹਾਂ ਵੀ ਯਾਰ ਕਰੀ ਨਹੀਂ ਤੂੰ, ਆਹ ਨਹੀਂ ਕਰਿਆ ਉਹ ਨਹੀਂ ਕਰਿਆ, ਤਾਂ ਕਰਕੇ ਫਿਰ ਉਹਨੂੰ ਹੀ ਪਤਾ ਹੁੰਦਾ ਜਿਹੜਾ ਸੀਪ ਸਾਫ਼ ਕਰਦਾ। ਅਤੇ ਚਲੋ ਹੁਣ ਥੋੜ੍ਹੇ ਦਿਨ ਤਾਂ ਅਜੇ ਐਵੇਂ ਹੀ ਕੱਟਣੇ ਪੈਣੇ ਆ, ਬਾਕੀ ਚਲੋ ਲੱਗ ਜੂ ਪਤਾ। ਪਹਿਲਾਂ ਬਾਹਰ ਚੱਲਦੀ ਸੀ, ਹੁਣ ਆਪਣੇ ਆ ਗਈ ਆ ਮਸ਼ੀਨ ਵੱਢਦੇ, ਹੁਣ ਆਪਣੇ ਵੱਢਦੇ ਆ ਇੱਥੇ ਜਿਹੜੇ ਆਪਣੇ ਹੈਗੇ ਆ 4-5 ਕਿੱਲੇ ਵੱਢਣ ਵਾਲੇ। ਪੱਠਿਆਂ ਦਾ ਕੰਮ ਵੀ ਇੱਥੇ ਲੈ ਲਈਦਾ, ਉੱਤੋਂ ਉੱਤੋਂ ਮੱਕੀ ਵੱਢ ਲੈਂਦੇ ਆ, ਪੱਠਿਆਂ ਦਾ ਕੰਮ ਵੀ ਨਾਲ ਹੀ ਚੱਲੀ ਜਾਂਦਾ, ਮੱਕੀ ਦੇ ਜਿਹੜਾ ਹਰਾ ਹਰਾ ਪਾਸਾ ਉਹ ਵੱਢ ਲਈਦਾ ਨਾਲ ਹੀ, ਉਹਦੇ ਵੱਢਣ ਲੱਗੇ ਅੱਜ ਧੋਤਾ ਟਰੈਕਟਰ, ਪੂਰਾ ਸਾਫ਼ ਸਫਾਈਆ ਕਰਿਆ ਇਹਦਾ। ਅਤੇ ਚੱਲਦਾ ਸੀ ਨਾ ਤਵੀਆਂ 'ਤੇ, ਤਾਂ ਕਰਕੇ ਲਿਬੜਿਆ ਜਿਹਾ ਸੀਗਾ, ਫਿਰ ਅੱਜ ਧੋਤਾ ਸਮਾਰ ਕੇ, ਆਹ ਲੈਮੀਨੇਸ਼ਨ ਜਿਹਾ ਕਰਿਆ ਹੋਇਆ ਸੀ ਇਹਦਾ, ਲਹਿ ਗਿਆ ਫਿਰ ਕਰਾਂਗੇ। ਅਤੇ ਆਹ ਡਰਾਈਵਰ ਉੱਤੋਂ ਦੀ ਪਾ ਕੇ ਰੱਖੀ ਦੀ ਆ, ਨਹੀਂ ਤਾਂ ਪਿੰਨੇ ਹੀ ਡਿੱਗ ਪੈਂਦੀਆਂ ਸਾਰੀਆਂ। ਇਹ ਵੀ 91.08 ਦਾ ਹੀ ਵੀ ਆ।
ਦੂਜੀ ਮਸ਼ੀਨ ਚੱਲਦੀ ਆ ਸੁਧਾਰ ਭੋਲੂ ਵੀਰੇ ਦੇ, ਉਹਨੇ ਉਹਨਾਂ ਸ਼ੀਪਾਂ ਭਰਦੀਆਂ ਨੇ। ਹਜੇ ਇੰਨਾ ਕੰਮ ਰੁੜਿਆ ਨਹੀਂ ਹੈਗਾ ਕਿ ਵਧੀਆ ਚੱਲ ਪਏ ਕੰਮ। ਉਹਦੇ ਵੀਰੇ ਦੇ 6 ਕਿੱਲੇ ਵੱਢਣਗੇ ਮੈਨੂੰ ਲੱਗਦਾ, 6-6.5 ਕਿੱਲੇ ਅੱਜ ਤਾਂ, ਕਿਉਂਕਿ 11-11:30 ਵਜੇ ਤੋਂ ਬਾਅਦ ਹੀ ਚਲਾਈ ਆ। ਫਿਰ ਕਿੰਨੀ ਵਾਰੀ ਦਾ ਸ਼ਿਪ ਖੋਲ੍ਹ ਖੋਲ੍ਹ ਕੇ ਸਾਫ਼ ਕਰੀ ਆ ਮਸ਼ੀਨ। ਆਪਾਂ ਟਰਾਲੀ ਹੁਣ ਕੋਲੇ ਲਾ ਲਈਏ ਕਿਉਂਕਿ ਗੀਰ ਦਾ ਗੇੜਾ ਰਹਿ ਗਿਆ, ਇਸ ਤੋਂ ਬਾਅਦ ਥੱਲੜੇ ਘੇਰੇ 'ਚ ਵੜਨਾ। ਸਾਲ 'ਤੇ ਤਾਂ ਆ ਕੇ ਮੱਕੀ ਦੇ ਟਾਇਰ ਚੱਕ ਦਿੰਦੀ ਆ ਮਸ਼ੀਨ ਦੇ ਮਗਰ। ਖੜਕਾ ਬੜਾ ਕੱਢਦਾ ਵਾ ਬਾਕੀ ਨਹੀਂ। ਅੱਜ ਖਾਲ ਦੇਖ ਖਾਲ ਦੇ ਕੀ ਕਰਦੀ ਆ ਮਗਰੋਂ ਹਲੇ ਆਪੇ ਨਾ ਖਾਲ ਬਹਾਈ ਲਿਆ ਕਰੋ, ਸਾਡੀ ਗੜਮ ਦੇਣੀ ਡਿੱਗਦੀ ਆ ਖਾਲ ਤੇ, ਟਾਇਰ ਚੱਕੇ ਜਾਂਦੇ ਆ ਮਗਰੋਂ। ਇੱਕ ਨਾ ਸਪਿੰਡਲਾਂ ਸਪੁੰਡਲਾਂ ਨੂੰ ਗਰੀਸ ਚੰਗੀ ਤਰ੍ਹਾਂ ਦੇ ਲਿਓ। ਸਵੇਰੇ ਆਪਾਂ ਜਾਣਾ ਚਮਿੰਡੇ, ਉਹ ਜਿਹੜੇ ਸੂਏ ਤੇ ਆ ਨਾ 6 ਕਿੱਲੇ ਆਪਣੇ, ਉਹ ਵੱਢਣੇ ਆ ਸਾਜਰੇ। ਟਾਈਮ ਨਾਲ ਉੱਥੇ ਲਾ ਲਿਓ, ਜਿੰਨੇ ਵੀ ਚਾਹੇ 6 ਵਜੇ ਲਾ ਲਓ, ਮੇਰੇ ਅੰਨੇ ਨੂੰ 6 ਵਜੇ ਨੂੰ ਆਪਦੀ ਟੈਂਕ ਭਰ ਕੇ ਖੜ ਲਿਓ। ਇੱਥੇ ਹੁਣ ਆਹ ਵੱਢ ਲਓ, ਆਹ ਵੱਢ ਕੇ ਜੇ ਉੱਧਰ ਵੱਢਣਾ ਹੋਊ ਵੱਢ ਲੈਂਦੇ। ਇਹ ਤਾਂ ਦਾਣੇ ਵਧੀਆ ਨਿਕਲੇ ਲੱਗੇ ਹਨ। ਟਰਾਲੀ ਵੀ ਇੱਥੇ ਲਾ ਲੈਣੀ ਆ।